ਗੁਰਾਏ ਵਿੱਚ ਲੁੱਟ ਖੋ ਚੋਰੀ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਹੀ ਜਿੱਥੇ ਵਾਰਦਾਤਾਂ ਹੋ ਰਹੀਆਂ ਨੇ ਉੱਥੇ ਲਗਾਤਾਰ ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਤਾਜ਼ਾ ਮਾਮਲਾ ਗੁਰਾਇਆ ਦੇ ਨਾਲ ਲੱਗਦੇ ਪਿੰਡ ਰੁੜਕਾ ਖੁਰਦ ਤੋਂ ਸਾਹਮਣੇ ਆਇਆ, ਜਿੱਥੇ ਬੜਾ ਪਿੰਡ ਰੋਡ 'ਤੇ ਹੀ ਸਹੋਤਾ ਰੇਤਾ ਬਜਰੀ ਦੀ ਦੁਕਾਨ 'ਤੇ ਖੜ੍ਹੇ 3 ਟਰੈਕਟਰਾਂ ਵਿੱਚੋਂ ਚੋਰ ਬੈਟਰੀਆਂ ਕੱਢ ਕੇ ਰਫੂ ਚੱਕਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਸੀ ਰੁੜਕਾ ਖੁਰਦ ਨੇ ਦੱਸਿਆ ਕਿ ਉਹ ਸਵੇਰੇ 2 ਵਜੇ ਦੇ ਕਰੀਬ ਰਾਜਾ ਸਾਹਿਬ ਮੱਥਾ ਟੇਕਣ ਗਏ ਸਨ, ਜਿਸ ਤੋਂ ਬਾਅਦ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਕਰੀਬ 25 ਤੋਂ 30 ਹਜ਼ਾਰ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧੀ ਉਹਨਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਹੋਰ ਕੋਈ ਇਹਨਾਂ ਦਾ ਸ਼ਿਕਾਰ ਨਾ ਹੋ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਫੜਨ ਵਿੱਚ ਕਾਮਯਾਬ ਹੁੰਦੀ ਹੈ ਜਾਂ ਚੋਰ ਬਿਨਾਂ ਕਿਸੇ ਡਰ ਭੈ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ। ਕੀ ਨਾਮ ਹੈ ਭਾਜੀ? ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਕੀ ਪਿੰਡ ਕਿਹੜਾ ਜੀ? ਪਿੰਡ ਛੋਟਾ ਰੁੜਕਾ ਜੀ। ਕੀ ਵਾਰਦਾਤ ਕੀ ਹੋਈ ਜੀ? ਵਾਰਦਾਤ ਬੈਟਰੀਆਂ ਆਪਣੀਆਂ 3 ਟਰੈਕਟਰਾਂ ਨਿਕਲ ਗਈਆਂ ਜੀ। ਅਸੀਂ ਮੱਥਾ ਟੇਕਣ ਗਏ ਜੀ ਰਾਜਾ ਸਾਹਿਬ ਤੜਕੇ, 3 ਵਜੇ ਦੇ ਕਰੀਬ ਬੈਟਰੀਆਂ ਨਿਕਲ ਗਈਆਂ ਜੀ, 25 ਹਜ਼ਾਰ ਦਾ ਨੁਕਸਾਨ ਹੋਇਆ। ਕੋਈ CCTV ਫੁਟੇਜ ਆਈ ਭਾਜੀ? ਹਾਂਜੀ, ਆਪਣੇ ਕੈਮਰੇ ਲੱਗੇ ਹੋਏ ਸੀਗੇ, ਉਹਨਾਂ ਦੀਆਂ ਫੁਟੇਜ ਕੱਢ ਕੇ ਦਿੱਤੀਆਂ ਪੁਲਿਸ ਨੂੰ ਜੀ। ਓਕੇ, ਕੀ ਮੰਗ ਕੀ ਕਰਦੇ ਆ? ਮੰਗ ਭਾਜੀ ਵੀ ਨੁਕਸਾਨ ਸਾਡਾ ਜੋ ਹੋ ਗਿਆ ਹੋ ਗਿਆ ਜੀ, ਮੁੜ ਕੇ ਕਿਸੇ ਦੇ ਹੋਰ ਦਾ ਨਾ ਹੋਵੇ, ਫਿਰ ਬੰਦਿਆਂ ਨੂੰ ਫੜਿਆ ਜਾਵੇ ਛੇਤੀ ਤੋਂ ਛੇਤੀ। ਹਾਂਜੀ ਭਾਜੀ, ਕੀ ਨਾਮ ਹੈ ਜੀ? ਮੇਰਾ ਨਾਮ ਚਰਨਜੀਤ ਸਿੰਘ ਜੀ। ਪਿੰਡ ਆਪਣੇ ਟਰੈਕਟਰਾਂ ਦੀਆਂ 3 ਦੀਆਂ ਬੈਟਰੀਆਂ ਕੱਢ ਕੇ ਲੈ ਗਏ ਜੀ ਰਾਤੀ। ਆਪਾਂ 2 ਵਜੇ ਦੁਕਾਨ ਤੋਂ ਗਏ ਸੀਗੇ, ਰਾਜਾ ਸਾਹਿਬ ਮੱਥਾ ਟੇਕਣ ਜਾਣਾ ਸੀਗਾ, ਉੱਥੇ ਜਾਣਾ ਸੀ, ਅਤੇ ਉਸ ਤੋਂ ਬਾਅਦ 'ਚ ਸਾਡੇ ਮਗਰੋਂ 3 ਟਰੈਕਟਰਾਂ ਦੀਆਂ ਸਾਡੀਆਂ ਬੈਟਰੀਆਂ ਕੱਢ ਕੇ ਲੈ ਗਏ। ਪਿੰਡ ਸਾਡਾ ਛੋਟਾ ਰੁੜਕਾ ਜੀ, ਸਰਵ ਹੋਸਪਿਟਲ ਲੱਗ ਗਿਆ ਆਪਣੀ ਦੁਕਾਨ ਹੈ ਜੀ। ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਕੋਈ ਭਾਜੀ 25 ਹਜ਼ਾਰ ਦਾ ਹੋ ਗਿਆ ਭਾਜੀ। ਕੰਪਲੇਂਟ ਕੀਤੀ ਹੋਈ ਭਾਜੀ? ਹਾਂਜੀ, ਥਾਣੇ ਕੰਪਲੇਂਟ ਕੀਤੀ ਹੋਈ ਹੈ, CCTV ਫੁਟੇਜ ਦੇਤੀ ਕੈਮਰਿਆਂ ਦੀ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਇਹ ਹੀ ਕਰਦੇ ਹਾਂ ਵੀ ਗਾਂਹ ਵਾਸਤੇ ਪ੍ਰਸ਼ਾਸਨ ਨੂੰ ਵੀ ਛੇਤੀ ਤੋਂ ਛੇਤੀ ਲੱਭੇ ਜਾਣ ਜਿਨ੍ਹਾਂ ਨੇ ਕੀਤੀ ਹੋਈ ਆ, ਅਤੇ ਜਿੱਦਾਂ ਵੀ ਗਾਂਹ ਕਾਰਵਾਈ ਕਰਨ ਪ੍ਰਸ਼ਾਸਨ।